ਮੇਰੇ ਐਸਆਈ ਸਾਹਿਬ ਸੀਗੇ ਇੱਥੇ ਮੈਡੀਕਲ ਕਰਵਾਉਣ ਵਾਸਤੇ ਆਏ ਆ, ਅਚਾਨਕ ਇਹਨਾਂ ਨੂੰ ਜਿਹੜਾ ਉਹ ਅਟੈਕ ਆ ਗਿਆ, ਐਮਰਜੈਂਸੀ ਲਿਆਂਦਾ ਤੇ ਡੈਥ ਹੋ ਗਈ। ਨਹੀਂ 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 ਮੈਂ ਦੱਸਦੀ ਹਾਂ, ਦੋ ਮਿੰਟ ਮੈਨੂੰ ਡਾਕਟਰ ਸਾਹਿਬ ਨਾਲ ਗੱਲ ਕਰਨੀ। ਮੁਲਾਜ਼ਮ ਐਸਆਈ ਪਰਮਜੀਤ ਸਿੰਘ। ਇਹ ਪਰਮਜੀਤ ਸਿੰਘ ਹੈ ਜੀ, ਤੇ ਉਹਦਾ ਇੱਕ ਮੁਲਜ਼ਮ ਨੂੰ ਲੈ ਕੇ ਆਏ ਸੀ ਜੇਲ੍ਹ ਭੇਜਣ ਤੋਂ ਪਹਿਲਾਂ ਟੈਸਟ ਕਰਵਾਉਣ ਲਈ ਆਉਣਾ ਉਹਨਾਂ। ਨਹੀਂ ਇਹਦੇ ਬਾਰੇ ਤਾਂ ਨਹੀਂ ਮੈਨੂੰ ਨੌਲੇਜ, ਸਾਡੇ ਕੋਲ ਤਾਂ ਮੁਲਜ਼ਮ ਲੈ ਕੇ ਆਏ ਸੀ ਉੱਥੇ ਸੀਗਾ, ਬੱਸ ਸਟੈਂਡ ਤੇ ਤੈਨਾਤ ਸੀਗਾ ਮੈਡੀਕਲ ਕਰਵਾਉਣ ਵਾਸਤੇ, ਇੱਥੇ ਅਟੈਕ ਹੋ ਗਿਆ, ਐਮਰਜੈਂਸੀ ਲਿਆਂਦਾ ਦੀ ਡੈਥ ਹੋ ਗਈ। ਮੇਰੇ ਐਸਆਈ ਸਾਹਿਬ ਸੀਗੇ ਇੱਥੇ ਮੈਡੀਕਲ ਕਰਵਾਉਣ ਵਾਸਤੇ ਆਏ ਆ, ਅਚਾਨਕ ਇਹਨਾਂ ਨੂੰ ਜਿਹੜਾ ਉਹ ਅਟੈਕ ਆ ਗਿਆ, ਐਮਰਜੈਂਸੀ ਲਿਆਂਦਾ ਤੇ ਡੈਥ ਹੋ ਗਈ। ਨਹੀਂ 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 ਮੈਂ ਦੱਸਦੀ ਹਾਂ, ਦੋ ਮਿੰਟ ਮੈਨੂੰ ਡਾਕਟਰ ਸਾਹਿਬ ਨਾਲ ਗੱਲ ਕਰਨੀ। ਮੁਲਾਜ਼ਮ ਐਸਆਈ ਪਰਮਜੀਤ ਸਿੰਘ। ਇਹ ਪਰਮਜੀਤ ਸਿੰਘ ਹੈ ਜੀ, ਤੇ ਉਹਦਾ ਇੱਕ ਮੁਲਜ਼ਮ ਨੂੰ ਲੈ ਕੇ ਆਏ ਸੀ ਜੇਲ੍ਹ ਭੇਜਣ ਤੋਂ ਪਹਿਲਾਂ ਟੈਸਟ ਕਰਵਾਉਣ ਲਈ ਆਉਣਾ ਉਹਨਾਂ। ਨਹੀਂ ਇਹਦੇ ਬਾਰੇ ਤਾਂ ਨਹੀਂ ਮੈਨੂੰ ਨੌਲੇਜ, ਸਾਡੇ ਕੋਲ ਤਾਂ ਮੁਲਜ਼ਮ ਲੈ ਕੇ ਆਏ ਸੀ ਉੱਥੇ ਸੀਗਾ, ਬੱਸ ਸਟੈਂਡ ਤੇ ਤੈਨਾਤ ਸੀਗਾ ਮੈਡੀਕਲ ਕਰਵਾਉਣ ਵਾਸਤੇ, ਇੱਥੇ ਅਟੈਕ ਹੋ ਗਿਆ, ਐਮਰਜੈਂਸੀ ਲਿਆਂਦਾ ਦੀ ਡੈਥ ਹੋ ਗਈ।